ਸਾਤ੍ਰਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਯੂਏਸੀ ਟੀਵੀ ਮੈਂ ਬਰਨ ਕੌਰ ਮਾਨ ਖਬਰਾਂ ਦੇ ਬ੍ਰਿਟਿਸ਼ ਸਟਾਡਾ ਸਵਾਗਤ ਹੈ ਪੇਸ਼ ਤੇ ਪਹਿਲਾ ਚੁਰਦੀਆਂ ਖਬਰਾਂ ਅਮਰੀਕਾ ਚ ਗੈਰ ਕਾਨੂੰਨੀ ਤੌਰ ਤੇ ਦਾਖਲ ਹੁੰਦੇ ਫੜੇ ਗਏ ਪ੍ਰਵਾਸੀਆਂ ਚ 17 ਭਾਰਤੀ ਨਾਗਰਿਕ ਸ਼ਾਮਲ ਆਸਟ੍ਰੇਲੀਆ ਨੇ ਸਥਾਈ ਇਮੀਗ੍ਰੇਸ਼ਨ ਦਾਖਲੇ ਚ ਵਾਅਦੇ ਦਾ ਕੀਤਾ ਐਲਾਨ ਕੈਨੇਡਾ ਜਾਣਾ ਹੋਇਆ ਮਹਿੰਗਾ ਪੰਜਾਬ ਦੇ ਵਿਦਿਆਰਥੀਆਂ ਲਈ ਬਣੀ ਵੱਡੀ ਪਰੇਸ਼ਾਨੀ ਲੁਫਤਾਨ ਸਾ 에ਅਰਲਾਈਨਸ ਦੀਆਂ 800 ਉਡਾਣਾਂ ਰੱਦ ਦਿੱਲੀ 에ਅਰਪੋਰਟ ਤੇ ਯਾਤਰੀਆਂ ਵੱਲੋਂ ਭਾਰੀ ਹੰਗਾਮਾ ਐਨਆਰਆਈਜ਼ ਨੂੰ ਵੱਡੀ ਰਾਹਤ ਮੁੱਖ ਮੰਤਰੀ ਵੱਲੋਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਨੋਡਲ ਅਫਸਰ ਨਿਯੁਕਤ ਪ੍ਰਵਾਸੀ ਭਾਰਤੀਆਂ ਦੀ ਹਰੇਕ ਸ਼ਿਕਾਇਤ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣਗੇ ਮੁੱਖ ਮੰਤਰੀ ਫੀਲਡ ਅਫਸਰ ਯੂਰੋਪੀ ਸੰਘ ਨੇ ਰੂਸੀ ਨਾਗਰਿਕਾਂ ਲਈ ਵੀਜ਼ਾ ਵਿਵਸਥਾ ਨੂੰ ਕੀਤਾ ਸਖਤ ਵਾਈਡਨ ਹੈਰੀ ਪ੍ਰਸ਼ਾਸਨ ਨੇ ਅਧਿਆਪਨ ਪੇਸ਼ੇ ਨੂੰ ਮਜ਼ਬੂਤ ਕਰਨ ਅਤੇ ਸਕੂਲਾਂ ਨੂੰ ਖਾਲੀ ਅਸਾਮੀਆਂ ਭਰਨ ਵਿੱਚ ਮਦਦ ਕਰਨ ਲਈ ਜਨਤਕ ਅਤੇ ਨਿੱਜੀ ਖੇਤਰ ਦੀਆਂ ਕਾਰਵਾਈਆਂ ਦਾ ਕੀਤਾ ਐਲਾਨ ਵਾਈਡਨ ਵੱਲੋਂ ਕੌਮੀ ਬੁਨਿਆਦੀ ਢਾਂਚਾ ਸਲਾਹਕਾਰ ਕੌਂਸਲ ਲਈ ਦੋ ਭਾਰਤੀ ਅਮਰੀਕੀ ਨਿਯੁਕਤ ਬਹੁਤ ਸਾਰੇ ਪ੍ਰਵਾਸੀ ਅਕਸਰ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਤਾਜ਼ਾ ਮਾਮਲੇ ਵਿੱਚ ਕੈਲੀਫੋਰਨੀਆ ਦੀ ਸਰਹੱਦੀ ਚੌਂਕੀ ਤੇ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਬਾੜ ਤੇ ਚੜਦੇ ਹੋਏ ਫੜੇ ਗਏ 100 ਪ੍ਰਵਾਸੀਆਂ ਦੇ ਸਮੂਹ ਵਿੱਚ 17 ਭਾਰਤੀ ਨਾਗਰਿਕ ਸ਼ਾਮਲ ਨੇ ਅਧਿਕਾਰੀਆਂ ਨੇ ਸਬੰਧੀ ਜਾਣਕਾਰੀ ਦਿੱਤੀ ਹੈ ਇੰਪੀਰੀਅਲ ਬੀਚ ਸਟੇਸ਼ਨ ਤੋਂ ਸੈਨ ਡਿਆਗੋ ਸੈਕਟਰ ਵਾਰਡਰ ਪੈਟਰੋਲ ਏਜੰਟਾਂ ਨੇ ਮੰਗਲਵਾਰ ਸਵੇਰੇ ਲਗਭਗ 2 ਵਜੇ 100 ਪ੍ਰਵਾਸੀਆਂ ਦੇ ਸਮੂਹ ਨੂੰ ਗ੍ਰਿਫਤਾਰ ਕੀਤਾ ਜਿਸ ਵਿੱਚ ਅਫਰੀਕਾ, ਏਸ਼ੀਆ ਅਤੇ ਦੱਖਣੀ ਅਮਰੀਕਾ ਦੇ ਨਾਗਰਿਕ ਸ਼ਾਮਲ ਸਨ ਅਮਰੀਕੀ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਏਜੰਸੀ ਨੇ ਕਿਹਾ ਕਿ ਏਜੰਟਾਂ ਨੇ ਬਾਰਡਰ ਫੀਲਡ ਸਟੇਟ ਪਾਰਕ ਤੋਂ ਅੱਧਾ ਮੀਲ ਪੂਰਬ ਵੱਲ ਵਾੜ ਦੇ ਗੈਰ ਕਾਨੂੰਨੀ ਤੌਰ ਤੇ ਚੜਨ ਵਾਲੇ ਪ੍ਰਵਾਸੀਆਂ ਦੇ ਇੱਕ ਵੱਡੇ ਸਮੂਹ ਦਾ ਸਾਹਮਣਾ ਕੀਤਾ। ਉਹਨਾਂ ਨੇ ਕਿਹਾ ਕਿ ਸਮੂਹ ਵਿੱਚ ਜ਼ਿਆਦਾਤਰ ਗੈਰ ਸਪੈਨਿਸ਼ ਬੋਲਣ ਵਾਲੇ ਪ੍ਰਵਾਸੀ ਸਨ ਜਿਨ੍ਹਾਂ ਨੂੰ ਅਨਵਾਦ ਸਾਹਿਤ ਲਈ ਬਾਰਡਰ ਪੈਟਰੋਲ ਏਜੰਟਾਂ ਦੀ ਲੋੜ ਹੁੰਦੀ ਹੈ। ਸਾਰੇ ਵਿਅਕਤੀਆਂ ਨੂੰ ਨੇੜਲੇ ਸਟੇਸ਼ਨ ਤੇ ਲਜਾਇਆ ਗਿਆ ਜਿੱਥੇ ਮੈਡੀਕਲ ਕਰਮਚਾਰੀਆਂ ਦੁਆਰਾ ਉਹਨਾਂ ਦਾ ਡਾਕਟਰੀ ਮੁਲਾਂਕਣ ਕੀਤਾ ਗਿਆ। ਮੂਵ ਵਿੱਚ 79 ਇਕੱਲੇ ਬਾਲਗ 18 ਪਰਿਵਾਰਕ ਯੂਨਿਟ ਦੇ ਮੈਂਬਰ ਅਤੇ ਤਿੰਨ ਨਾਬਾਲਗ ਸ਼ਾਮਲ ਨੇ ਇਨ੍ਹਾਂ ਵਿੱਚ ਸੋਮਾਲੀਆ ਦੇ 37 ਭਾਰਤ ਦੇ 17 ਅਫਗਾਨਿਸਤਾਨ ਦੇ 6 ਬ੍ਰਾਜ਼ੀਲ ਦੇ 3 ਪਾਕਿਸਤਾਨ ਦੇ 4 ਨਾਗਰਿਕਾਂ ਸਮੇਤ 12 ਹੋਰ ਦੇਸ਼ਾਂ ਦੇ ਨਾਗਰਿਕ ਸਨ ਜ਼ਿਕਰਯੋਗ ਹੈ ਕਿ 2022 ਵਿੱਤੀ ਸਾਲ ਲਈ ਸੈਨ ਡਿਆਗੋ ਸੈਕਟਰ ਵਿੱਚ ਫੜੇ ਗਏ 145618 ਪ੍ਰਵਾਸੀਆਂ ਵਿੱਚੋਂ 44447 ਵਿੱਚ ਮੈਕਸੀਕੋ ਤੋਂ ਇਲਾਵਾ ਹੋਰ ਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀ ਸ਼ਾਮਲ ਸਨ ਆਸਟ੍ਰੇਲੀਆਈ ਸਰਕਾਰ ਨੇ ਸ਼ੁੱਕਰਵਾਰ ਨੂੰ ਪ੍ਰਵਾਸੀਆਂ ਲਈ ਇੱਕ ਵੱਡਾ ਐਲਾਨ ਕੀਤਾ ਐਲਾਨ ਦੇ ਮੁਤਾਬਕ ਸਰਕਾਰ ਮੌਜੂਦਾ ਵਿੱਤੀ ਸਾਲ ਵਿੱਚ ਆਪਣੇ ਸਥਾਈ ਇਮੀਗ੍ਰੇਸ਼ਨ ਦਾਖਲੇ ਨੂੰ 35000 ਤੋਂ ਵਧਾ ਕੇ 195000 ਕਰ ਦੇਗੀ ਕਿਉਂਕਿ ਦੇਸ਼ ਹੁਨਰ ਅਤੇ ਮਜ਼ਦੂਰਾਂ ਦੀ ਘਾਟ ਨਾਲ ਜੂਝ ਰਿਹਾ ਗ੍ਰਹਿ ਮਾਮਲਿਆਂ ਦੇ ਮੰਤਰੀ ਕਲੇਅਰ ਓਨੀਲ ਨੇ ਮਹਾਮਾਰੀ ਕਾਰਨ ਵਧੀਆਂ ਹੁਨਰਾਂ ਦੀ ਘਾਟ ਨੂੰ ਹੱਲ ਕਰਨ ਲਈ ਸਰਕਾਰਾਂ, ਟ੍ਰੇਡ ਯੂਨੀਅਨ, ਕਾਰੋਬਾਰਾਂ ਤੇ ਉਦਯੋਗਾਂ ਦੇ 140 ਪ੍ਰਤੀਨਧੀਆਂ ਦੇ 2 ਦਿਨ ਸਮੇਲਨ ਦੌਰਾਨ 30 ਜੂਨ 2023 ਨੂੰ ਖਤਮ ਹੋਣ ਵਾਲੇ ਸਾਲ ਲਈ ਵਾਅਦੇ ਦੀ ਘੋਸ਼ਣਾ ਕੀਤੀ। ਉਨੀਲ ਨੇ ਕਿਹਾ ਕਿ ਆਸਟ੍ਰੇਲੀਆਈ ਨਰਸਾਂ ਪਿਛਲੇ 2 ਸਾਲਾਂ ਤੋਂ 2 ਅਤੇ 3 ਸ਼ਿਫਟਾਂ ਤੇ ਕੰਮ ਕਰ ਰਹੀਆਂ ਨੇ। ਜ਼ਮੀਨੀ ਸਟਾਫ ਦੀ ਘਾਟ ਕਾਰਨ ਉਡਾਣਾਂ ਰੱਦ ਕੀਤੀਆਂ ਜਾ ਰਹੀਆਂ ਨੇ ਅਤੇ ਫਲਾਨੂ ਰੁੱਖਾਂ ਤੇ ਸੜਨ ਲਈ ਛੱਡਿਆ ਜਾ ਰਿਹਾ। ਕਿਉਂਕਿ ਇਹਨਾਂ ਨੂੰ ਚੁੱਕਣ ਵਾਲਾ ਕੋਈ ਨਹੀਂ ਸੀ ਉਹਨਾਂ ਨੇ ਕਿਹਾ ਕਿ ਸਾਡਾ ਫੋਕਸ ਹਮੇਸ਼ਾ ਆਸਟ੍ਰੇਲੀਆਈ ਨੌਕਰੀਆਂ ਤੇ ਹੁੰਦਾ ਹੈ ਅਤੇ ਇਸ ਕਰਕੇ ਸਿਖਰ ਸੰਮੇਲਨ ਦਾ ਬਹੁਤ ਸਾਰਾ ਹਿੱਸਾ ਸਿੱਖ ਲਈ ਅਤੇ ਔਰਤਾ ਤੇ ਹੋਰ ਹਾਸ਼ੀਏ ਵਾਲੇ ਸਮੂਹਾਂ ਦੀ ਭਾਗੀਦਾਰੀ ਤੇ ਕੇਂਦ੍ਰਿਤ ਹੈ ਪਰ ਕੋਵਿਡ ਦਾ ਪ੍ਰਭਾਵ ਇੰਨਾ ਗੰਭੀਰ ਰਿਹਾ ਕਿ ਭਾਵੇਂ ਅਸੀਂ ਹਰ ਦੂਜੀ ਸੰਭਾਵਨਾ ਨੂੰ ਖਤਮ ਕਰ ਦਿੰਦੇ ਹਾਂ ਫਿਰ ਵੀ ਅਸੀਂ ਘੱਟੋ-ਘੱਟ ਥੋੜੇ ਸਮੇਂ ਵਿੱਚ ਹਜ਼ਾਰਾਂ ਕਾਮਿਆਂ ਦੀ ਘਾਟ ਰਹਿਾਂਗੇ। ਓਨੀਲ ਨੇ ਅੱਗੇ ਕਿਹਾ ਕਿ ਬਹੁਤ ਸਾਰੇ ਸਭ ਤੋਂ ਉੱਤਮ ਅਤੇ ਪ੍ਰਤਿਭਾਸ਼ਾਲੀ ਹੁਨਰਮੰਦ ਆਸਟ੍ਰੇਲੀਅਨਸ ਦੀ ਬਜਾਏ ਕੈਨੇਡਾ ਜਰਮਨੀ ਅਤੇ ਬ੍ਰਿਟੇਨ ਵਿੱਚ ਪ੍ਰਵਾਸ ਕਰਨ ਦੀ ਚੋਣ ਕਰ ਰਹੇ ਨੇ ਉਹਨਾਂ ਨੇ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ 17 ਤੋਂ ਵੱਧ ਵਿਲੱਖਣ ਵੀਜ਼ਾ ਪ੍ਰੋਗਰਾਮਾਂ ਦੇ ਨਾਲ ਜਟਿਲ ਦੱਸਿਆ ਉਹਨਾਂ ਨੇ ਕਿਹਾ ਕਿ ਆਸਟ੍ਰੇਲੀਆਈ ਰਾਸ਼ਟਰੀ ਹਿੱਤ ਵਿੱਚ ਆਪਣੇ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਮੁੜ ਬਣਾਉਣ ਲਈ ਇੱਕ ਪੈਨਲ ਦੀ ਸਥਾਪਨਾ ਕਰੇਗਾ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਨੌਕਰੀਆਂ ਅਤੇ ਹੁਨਰ ਸੰਮੇਲਨ ਦੇ ਪਹਿਲੇ ਦਿਨ ਬੀਰਵਾਰ ਨੂੰ ਘੋਸ਼ਣਾ ਕੀਤੀ ਕਿ ਦੇਸ਼ ਦੇ ਹੁਨਰ ਦੀ ਘਾਟ ਨੂੰ ਕਟਾਉਣ ਲਈ 1.1 ਬਿਲੀਅਨ ਆਸਟ੍ਰੇਲੀਅਨ ਡਾਲਰ ਦੀ ਲਾਗਤ ਨਾਲ ਅਗਲੇ ਸਾਲ ਵੋਕੇਸ਼ਨਲ ਸਿੱਖਿਆ ਸਕੂਲਾਂ ਵਿੱਚ 1.80 ਹਜ਼ਾਰ ਥਾਨਾਂ ਦੀ ਪੇਸ਼ਕਸ਼ ਕੀਤੀ ਜਾਏਗੀ। ਕੈਨੇਡਾ ਵਿੱਚ ਸਤੰਬਰ ਸੈਸ਼ਨ ਸ਼ੁਰੂ ਹੋਣ ਵਾਲਾ ਹੈ ਹਜ਼ਾਰਾਂ ਵਿਦਿਆਰਥੀ ਆਖਰੀ ਸਮੇਂ ਵਿੱਚ ਵੀਜ਼ੇ ਕਾਰਨ ਮਹਿੰਗੀਆਂ ਹਵਾਈ ਟਿਕਟਾਂ ਖਰੀਦਣ ਲਈ ਮਜਬੂਰ ਨੇ। ਮੌਜੂਦਾ ਸਮੇਂ ਵਿੱਚ ਦਿੱਲੀ ਤੋਂ ਟੋਰਾਂਟੋ ਲਈ ਸਭ ਤੋਂ ਸਸਤੀ ਹਵਾਈ ਟਿਕਟ 1,60,000 ਰੁਪਏ ਦੀ ਔਸਤ ਬੇਸ ਪ੍ਰਾਈਸ ਨਾਲ ਉਪਲਬਧ ਹੈ ਅਤੇ ਟੈਕਸ ਅਤੇ ਚਾਰਜਸ ਆਦ ਲਗਾਉਣ ਤੋਂ ਬਾਅਦ ਇਹ ਲਗਭਗ 2 ਲੱਖ ਰੁਪਏ ਤੱਕ ਰਹੀ ਹੈ ਇਹ ਉਡਾਣਾਂ 26 ਤੋਂ 30 ਘੰਟਿਆਂ ਵਿੱਚ ਇੱਕ ਜਾਂ ਦੋ ਸਟਾਪਸ ਨਾਲ ਕੈਨੇਡਾ ਪਹੁੰਚ ਜਾਂਦੀਆਂ ਨੇ 16 ਤੋਂ 20 ਘੰਟੇ ਦੇ ਸਿੱਧੇ ਜਾਂ ਇੱਕ ਜਾਂ ਦੋ ਘੰਟੇ ਦੇ ਰੁਕਣ ਵਾਲੀਆਂ ਟਿਕਟਾਂ ਦੀ ਕੀਮਤ 2,20,000 ਰੁਪਏ ਤੋਂ 3 ਲੱਖ ਰੁਪਏ ਹੋ ਗਈ ਹੈ ਅਜਿਹੇ ਚੀਜ਼ਾ ਸਮੇਂ ਵਿਦਿਆਰਥੀਆਂ ਨੂੰ ਕੈਨੇਡਾ ਜਾਣਾ ਬਹੁਤ ਮਹਿੰਗਾ ਪੈ ਰਿਹਾ ਐਸਯੂਓ ਗਲੋਬਲ ਦੇ ਸੁਰਿੰਦਰ ਨੇ ਕਿਹਾ ਕਿ ਇਸ ਸਮੇਂ ਹਰ ਵਿਦਿਆਰਥੀ ਕੈਨੇਡਾ ਜਾਣਾ ਚਾਹੁੰਦਾ ਹੈ ਕਿਉਂਕਿ ਉਹਨਾਂ ਨੂੰ ਉੱਥੋਂ ਪੀਆਰ ਮਿਲਣ ਦੀ ਉਮੀਦ ਹੈ ਜਦੋਂ ਕਿ ਯੂਰਪ ਦੇ ਕਈ ਦੇਸ਼ਾਂ ਵਿੱਚ ਉਸ ਲਈ ਬਹੁਤ ਸਾਰੇ ਮੌਕੇ ਵੀ ਨੇ ਉੱਥੇ ਉਹਨਾਂ ਨੂੰ ਮੈਡੀਕਲ ਸੇਵਾਵਾਂ ਵੀ ਉਪਲਬਧ ਨੇ ਚੰਡੀਗੜ੍ਹ ਦੇ ਸੈਕਟਰ 35 ਵਿੱਚ ਕੈਨੇਡੀਅਨ ਡਾਲਰ ਖਰੀਦਣ ਆਏ ਵਿਦਿਆਰਥੀਆਂ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਡਾਲਰ 63.50 ਤੋਂ 64 ਰੁਪਏ ਦੇ ਹਿਸਾਬ ਨਾਲ ਮਿਲ ਰਿਹਾ ਜਦੋਂ ਕਿ ਐਕਸਚੇਂਜ ਰੇਟ ਕੇਵਲ 60.46 ਰੁਪਇਆ ਹੈ ਕਿ ਵਿਦਿਆਰਥੀ ਪਹਿਲਾਂ ਤਾਂ ਰੋਜ਼ਾਨਾ ਦੇ ਖਰਚੇ ਲਈ 5 ਤੋਂ 10 ਹਜ਼ਾਰ ਡਾਲਰ ਆਪਣੇ ਨਾਲ ਲੈ ਜਾਂਦੇ ਨੇ ਅਤੇ ਇਸ ਸਮੇਂ ਹਜ਼ਾਰਾਂ ਵਿਦਿਆਰਥੀ ਕੈਨੇਡਾ ਜਾ ਰਹੇ ਨੇ ਦੂਜਾ ਕੋਰੋਨਾ ਕਾਰਨ ਪਿਛਲੇ 2 ਸਾਲਾਂ ਤੋਂ ਕੈਨੇਡਾ ਤੋਂ ਬਹੁਤ ਘੱਟ ਲੋਕ ਭਾਰਤ ਆ ਰਹੇ ਨੇ ਜਿਸ ਕਾਰਨ ਓਪਨ ਮਾਰਕੀਟ ਵਿੱਚ ਕੈਨੇਡੀਅਨ ਡਾਲਰ ਦੀ ਕਮੀ ਹੈ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੇ ਜਰਮਨੀ ਦੀ ਲੁਫਤਾਨਸਾ 에ਅਰਲਾਈਨਸ ਦੇ ਯਾਤਰੀਆਂ ਨੇ ਹੰਗਾਮਾ ਕਰ ਦਿੱਤਾ ਜਰਮਨ ਪਾਇਲਟ ਅਜੇ ਇੱਕ ਦਿਨ ਦੀ ਹੜਤਾਲ ਤੇ ਨੇ ਇਸ ਕਾਰਨ ਦੇਸ਼ ਦੀ ਪ੍ਰਮੁੱਖ ਲੁਫਤਾਨਸਾ 에ਅਰਲਾਈਨਸ ਨੇ 800 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਇਸ ਕਾਰਨ 1.3 ਲੱਖ ਤੋਂ ਵੱਧ ਯਾਤਰੀ ਪ੍ਰਭਾਵਿਤ ਹੋਏ ਨੇ ਦਿੱਲੀ ਦੇ ਆਈਜੀਆਈ 에ਅਰਪੋਰਟ ਤੇ ਬੀਤੀ ਰਾਤ ਫਲਾਈਟ ਰੱਦ ਹੋਣ ਕਾਰਨ ਯਾਤਰੀਆਂ ਨੇ ਹੰਗਾਮਾ ਕੀਤਾ ਇਸ ਕਾਰਨ ਹਵਾਈ ਅੱਡੇ ਦੀ ਆਵਾਜਾਈ ਵਿੱਚ ਰੁਕਾਵਟ ਆਈ 에ਅਰਲਾਈਨਸ ਦੇ ਪਾਇਲਟਸ ਨੇ ਵੀ ਆਈਜੀਆਈ ਹਵਾਈ ਅੱਡੇ ਤੇ ਉਡਾਣਾ ਭਰਨ ਤੋਂ ਇਨਕਾਰ ਕਰ ਦਿੱਤਾ ਦਿੱਲੀ ਤੋਂ ਇੱਕ ਫਲਾਈਟ ਨੇ ਫ੍ਰੈਂਕਫਰਟ ਤੇ ਦੂਜੀ ਨੇ ਜ਼ਿਊਰਿਖ ਲਈ ਉਡਾਣ ਭਰਨੀ ਸੀ ਪਾਇਲਟ ਦੇ ਮਨਾਂ ਕਰਨ ਤੋਂ ਬਾਅਦ ਕਈ ਯਾਤਰੀਆਂ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਯਾਤਰੀਆਂ ਨੇ ਹੰਗਾਮਾ ਕਰ ਦਿੱਤਾ ਸੂਚਨਾ ਮਿਲਦਈ ਪੁਲਿਸ ਸੀਆਈਐਸਐਫ ਦੇ ਜਵਾਨ ਅਤੇ ਆਈਜੀਆਈ 에어ਪੋਰਟ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ ਆਈਜੀਆਈ ਹਵਾਈ ਅੱਡੇ ਦੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਫ੍ਰੈਂਕਫਰਟ ਅਤੇ ਮਿਊਨਿਕ ਲਈ ਲਫਤਾਨਸਾ ਦੀਆਂ ਦੋ ਉਡਾਣਾਂ ਦੇ ਰੱਦ ਹੋਣ ਕਾਰਨ ਲਗਭਗ 150 ਲੋਕ ਦੁਪਹਿਰ 12 ਵਜੇ ਟਰਮੀਨਲ 3 ਤੇ ਡਿਪਾਰਚਰ ਗੇਟ ਨੰਬਰ 1 ਦੇ ਸਾਹਮਣੇ ਮੁੱਖ ਸੜਕ ਤੇ ਇਕੱਠੇ ਹੋਏ ਆਪਣੇ ਰਿਸ਼ਤੇਦਾਰਾਂ ਲਈ ਪੈਸੇ ਜਾਂ ਵਿਕਲਪ ਉਡਾਣ ਦੀ ਮੰਗ ਕਰ ਰਹੇ ਸਨ ਆਈਜੀਆਈ 에어ਪੋਰਟ ਨੇ CISF ਦੇ ਸਹਿਯੋਗ ਨਾਲ ਸਥਿਤੀ ਨੂੰ ਸੰਭਾਲਿਆ 에ਅਰਲਾਈਨਸ ਵੱਲੋਂ ਯਾਤਰੀਆਂ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਨੇ ਯੂਨੀਅਨ ਨੇ ਆਪਣੇ 5000 ਤੋਂ ਵੱਧ ਪਾਇਲਟਸ ਲਈ ਇਸ ਸਾਲ ਤਨਖਾਹ ਵਿੱਚ 5.5% ਦੀ ਵਾਧੇ ਅਤੇ ਉਸ ਤੋਂ ਬਾਅਦ ਆਟੋਮੈਟਿਕ ਮਹਿੰਗਾਈ ਮੁਆਵਦੇ ਦੀ ਮੰਗ ਕੀਤੀ ਹੈ ਨਵਖਾਨਸਾਂ ਨੂੰ ਇਸ ਸਾਲ ਤਨਖਾਹਾਂ ਨੂੰ ਲੈ ਕੇ ਸੁਰੱਖਿਆ ਕਰਮਚਾਰੀਆਂ ਅਤੇ ਗਰਾਊਂਡ ਸਟਾਫ ਦੀਆਂ ਕਈ ਹੜਤਾਲਾਂ ਦਾ ਸਾਹਮਣਾ ਕਰਨਾ ਪਿਆ ਹੈ ਪ੍ਰਵਾਸੀ ਭਾਰਤੀਆਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਨਆਰਆਈਜ਼ ਦੀਆਂ ਸ਼ਿਕਾਇਤਾਂ ਦਾ ਫੌਰੀ ਅਤੇ ਸਮਾਵਾਦ ਟਾਂਗ ਨਾਲ ਨਿਪਟਾਰਾ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਫੀਲਡ ਅਫਸਰਾਂ ਨੂੰ ਨੋਡਲ ਅਫਸਰ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ ਮੁੱਖ ਮੰਤਰੀ ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਮ ਆਦਮੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਸਹਾਇਕ ਕਮਿਸ਼ਨਰ ਦੀਆਂ 23 ਅਸਾਮੀਆਂ ਨੂੰ ਖਤਮ ਕਰਕੇ ਮੁੱਖ ਮੰਤਰੀ ਫੀਲਡ ਅਫਸਰ ਦੀਆਂ 23 ਅਸਾਮੀਆਂ ਦੀ ਸਿਰਜਣਾ ਕੀਤੀ ਗਈ ਸੀ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਕਦਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸੂਬੇ ਦੇ ਬਸਨੀਕਾ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਜ਼ਿਲ੍ਹਾ ਪੱਧਰ ਤੇ ਕਰਨ ਲਈ ਉਹਨਾਂ ਨੂੰ ਬਿਹਤਰ ਅਸਰਦਾਰ ਅਤੇ ਸ਼ਕਤੀਸ਼ਾਲੀ ਸ਼ਿਕਾਇਤ ਨਿਵਾਰਣ ਪ੍ਰਣਾਲੀ ਮੁਹੱਈਆ ਕਰਵਾਈ ਜਾਵੇ। ਭਗਵੰਤ ਮਾਨ ਨੇ ਦੱਸਿਆ ਕਿ ਇੱਕ ਹੋਰ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਸੂਬਾ ਸਰਕਾਰ ਨੇ ਹੁਣ ਐਨਆਰਆਈਜ਼ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਫੀਲਡ ਅਫਸਰ ਨੂੰ ਨੋਡਲ ਅਫਸਰ ਦੇ ਤੌਰ ਤੇ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ ਮੁੱਖ ਮੰਤਰੀ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਇਹ ਅਧਿਕਾਰੀ ਪ੍ਰਵਾਸੀ ਭਾਰਤੀਆਂ ਲਈ ਆਦਰਸ਼ ਨੋਡਲ ਅਫਸਰ ਸਾਬਤ ਹੋਣਗੇ ਕਿਉਂਕਿ ਉਹ ਮੁੱਖ ਮੰਤਰੀ ਦਫ਼ਤਰ ਨਾਲ ਸਿੱਧਾ ਸੰਪਰਕ ਕਰਨ ਦੇ ਨਾਲ-ਨਾਲ ਸਾਰੇ ਵਿਭਾਗਾਂ ਅਤੇ ਜ਼ਿਲ੍ਹਿਆਂ ਵਿੱਚ ਤਾਲਮੇਲ ਵੀ ਕਰ ਸਕਣਗੇ ਉਨ੍ਹਾਂ ਨੇ ਆਸ ਪ੍ਰਗਟਾਈ ਹੈ ਕਿ ਸੂਬਾ ਸਰਕਾਰ ਦੀ ਇਹ ਵਿਲੱਖਣ ਪਹਿਲ ਕਦਮੀ ਵਿਦੇਸ਼ਾਂ ਵਿੱਚ ਵਸੇ ਪੰਜਾਬੀਆਂ ਲਈ ਵਰਦਾਨ ਸਾਬਤ ਹੋਏਗੀ। ਭਗਵੰਤ ਮਾਨ ਨੇ ਕਿਹਾ ਕਿ ਹੁਣ ਐਨਆਰਆਈਜ਼ ਲਈ ਆਪਣੀਆਂ ਸਾਰੀਆਂ ਸਮੱਸਿਆਵਾਂ ਦਾ ਨਿਰਵਿਘਨ ਅਤੇ ਮੁਸ਼ਕਲ ਰਹਿਤ ਹੱਲ ਕਰਵਾਉਣ ਲਈ ਇੱਕੋ ਜਗ੍ਹਾ ਪਹੁੰਚ ਕਰਨ ਦੀ ਵਿਵਸਥਾ ਕਾਇਮ ਹੋ ਗਈ ਹੈ। ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਸਮੁੱਚੀ ਵਿਧੀ ਨੂੰ ਵਿਕਸਿਤ ਕਰਨ ਦਾ ਇੱਕੋ ਇੱਕ ਉਦੇਸ਼ ਪ੍ਰਵਾਸੀ ਭਾਰਤੀਆਂ ਨੂੰ ਦਰਪੇਸ਼ ਸਮੱਸਿਆਵਾਂ ਜਲਦੀ ਸੁਲਝਾਉਣ ਨੂੰ ਯਕੀਨੀ ਬਣਾਉਣਾ ਹੈ। ਭਗਵੰਤ ਮਾਨ ਹੁਣਾਂ ਨੇ ਕਿਹਾ ਕਿ ਸੂਬਾ ਸਰਕਾਰ ਆਰੀ ਯਕੀਨੀ ਬਣਾਉਣ ਲਈ ਬਚਨ ਵੱਧ ਹੈ ਕਿ ਵਿਸ਼ਵ ਭਰ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਣ ਵਾਲੇ ਐਨ ਆਰ ਆਈ ਭਰਾਵਾਂ ਨੂੰ ਘਰ ਵਾਪਸੀ ਮੌਕੇ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਯੂਰੋਪੀ ਸੰਘ ਦੇ ਵਿਦੇਸ਼ ਮੰਤਰੀਆਂ ਨੇ ਰੂਸ ਨਾਲ ਵੀਜ਼ਾ ਸਮਝੌਤੇ ਨੂੰ ਮੁਲਤਵੀ ਕਰਨ ਤੇ ਸਹਿਮਤੀ ਪ੍ਰਗਟਾਈ ਹੈ ਜਿਸ ਨਾਲ ਰੂਸੀ ਨਾਗਰਿਕਾਂ ਦਾ ਸੰਘ ਦੇ ਮੈਂਬਰ ਦੇਸ਼ਾਂ 'ਚ ਦਾਖਲ ਹੋਣਾ ਮੁਸ਼ਕਲ ਹੋ ਗਿਆ BBC ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਰੂਸ ਦੀ ਸਰਹੱਦ ਨਾਲ ਲੱਗੇ ਯੂਰੋਪੀ ਸੰਘ ਦੇ 5 ਦੇਸ਼ਾਂ ਫਿਨਲੈਂਡ, ਐਸਥੋਨੀਆ, ਲਾਥੀਵਿਆ, ਲੂਥਾਨੀਆ ਤੇ ਪੋਲੈਂਡ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਉਹ ਜਨਤਕ ਸੁਰੱਖਿਆ ਮੁੱਦਿਆਂ ਨੂੰ ਸੰਬੋਧਿਤ ਕਰਨ ਦੇ ਲਈ ਅਸਥਾਈ ਰੋਕ ਜਾਂ ਪਾਬੰਦੀਆਂ ਲਗਾ ਸਕਦੇ ਨੇ ਦੱਸ ਦੇ ਕਿ ਯੂਕਰੇਨ ਤੇ ਕੁਝ ਮੈਂਬਰ ਦੇਸ਼ਾਂ ਨੇ ਪੂਰਨ ਪਾਬੰਦੀ ਦੀ ਮੰਗ ਕੀਤੀ ਹੈ ਪਰ ਫਰਾਂਸ ਤੇ ਜਰਮਨੀ ਵਰਗੇ ਹੋਰ ਦੇਸ਼ਾਂ ਨੇ ਇਸ ਦਾ ਵਿਰੋਧ ਕੀਤਾ ਰੂਸ ਦੀ ਸਨਹਾਦ ਨਾਲ ਲੱਗੇ ਕਈ ਪੂਰਬੀ ਯੂਰੋਪੀ ਸੰਘ ਦੇ ਦੇਸ਼ ਰੂਸ ਖਿਲਾਫ ਪਾਬੰਦੀ ਲਗਾ ਸਕਦੇ ਨੇ ਬੀਬੀਸੀ ਦੀ ਰਿਪੋਰਟ ਮੁਤਾਬਕ ਫਰਵਰੀ ਚ ਯੂਕਰੇਨ ਤੇ ਰੂਸੀ ਹਮਲੇ ਤੋਂ ਬਾਅਦ 10 ਲੱਖ ਤੋਂ ਵੱਧ ਰੂਸੀ ਨਾਗਰਿਕਾਂ ਸੰਘ ਦੀ ਯਾਤਰਾ ਕਰ ਚੁੱਕੇ ਨੇ ਬੀਬੀਸੀ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਫਰਾਂਸ ਤੇ ਜਰਮਨੀ ਨੇ ਇੱਕ ਸਾਂਝੇ ਬਿਆਨ ਚ ਚੇਤਾਵਨੀ ਦਿੱਤੀ ਹੈ ਕੀ ਦੂਰਗਾਮੀ ਪਾਬੰਦੀਆਂ ਰੂਸ ਪੀੜਤ ਬਣਾ ਸਕਦੇ ਨੇ ਤੇ ਰੂਸ ਦੇ ਨਾਗਰਿਕਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਲੱਗ ਕਰ ਸਕਦੇ ਨੇ ਵਾਈਡਨ ਹੈਰਿਸ ਪ੍ਰਸ਼ਾਸਨ ਨਵੇਂ ਸਕੂਲੀ ਸਾਲ ਦੇ ਸ਼ੁਰੂ ਹੋਣ ਦੇ ਨਾਲ ਹੀ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਦੇ ਆਪਣੀ ਯਤਨਾਂ ਵਿੱਚ ਅਧਿਆਨ ਪੇਸ਼ੇ ਨੂੰ ਮਜ਼ਬੂਤ ਕਰਨ ਅਤੇ ਸਕੂਲਾਂ ਦਾ ਸਮਰਥਨ ਕਰਨ ਲਈ ਨਵੇਂ ਯਤਨਾਂ ਦਾ ਐਲਾਨ ਕਰ ਰਿਹਾ ਹੈ ਇਸ ਘੋਸ਼ਣਾ ਵਿੱਚ ਅਮਰੀਕੀਆਂ ਲਈ ਸਿੱਖਿਆ ਖੇਤਰ ਵਿੱਚ ਮੌਕਿਆਂ ਨੂੰ ਲੱਭਣਾ ਅਸਾਨ ਬਣਾਉਣਾ ਲਈ ਅਤੇ ਪ੍ਰਮੁੱਖ ਨੌਕਰੀ ਪਲੇਟਫਾਰਮ ਦੀਆਂ ਨਵੀਆਂ ਵਚਨਬੱਧਤਾਵਾਂ ਅਤੇ ਵਿਖਦੇ ਅਧਿਆਪਕਾਂ ਲਈ ਪੇਸ਼ੇ ਵਿੱਚ ਉੱਚ ਗੁਣਵੱਤਾ ਵਾਲੇ ਮਾਰਗਾਂ ਦਾ ਵਿਸਥਾਰ ਕਰਨ ਲਈ ਅਧਿਆਪਕ ਯੂਨੀਅਨ ਅਤੇ ਰਾਸ਼ਟਰੀ ਅਤੇ ਰਾਜ ਸੰਗਠਨਾਵਾਂ ਦੀਆਂ ਨਵੀਆਂ ਪਹਿਲ ਕਦਮੀਆਂ ਸ਼ਾਮਲ ਨੇ ਰਾਸ਼ਟਰਪਤੀ ਨੇ ਪਹਿਲੇ ਦਿਨ ਤੋਂ ਹੀ ਸਪਸ਼ਟ ਕੀਤਾ ਹੈ ਕਿ ਸਾਡੇ ਸਕੂਲਾਂ ਦੇ ਸਾਹਮਣੇ ਲੰਬੇ ਸਮੇਂ ਤੋਂ ਸਟਾਫ ਦੀਆਂ ਚੜ੍ਹਤੀਆਂ ਦਾ ਸਾਹਮਣਾ ਕਰਨ ਲਈ ਮਹਾਮਾਰੀ ਦੁਆਰਾ ਵਿਗੜ ਰਹੇ ਅਧਿਆਪਕਾਂ ਪੈਰਾ ਪ੍ਰੋਫੈਸ਼ਨਲ ਅਤੇ ਹੋਰ ਸਕੂਲ ਸਟਾਫ ਨੂੰ ਮੁਕਾਬਲੇਬਾਜ਼ੀ ਨਾਲ ਭੁਗਤਾਨ ਕੀਤੇ ਜਾਣ ਦੀ ਲੋੜ ਹੈ ਅਤੇ ਉਸ ਸਨਮਾਨ ਅਤੇ ਮਾਣ ਨਾਲ ਪੇਸ਼ ਆਉਣ ਦੀ ਵੀ ਲੋੜ ਹੈ ਜਿਸ ਦੇ ਉਹ ਹੱਕਦਾਰ ਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਵਾਈਡਨ ਨੇ ਭਾਰਤੀ ਅਮਰੀਕੀ ਮਨੂ ਅਸਥਾਨਾ ਤੇ ਮਧੂਬੇਰੀ ਬਾਲ ਨੂੰ ਆਪਣੇ ਕੌਮੀ ਬੁਨਿਆਦੀ ਢਾਂਚਾ ਸਲਾਹਕਾਰ ਕੌਂਸਲ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ ਰਾਸ਼ਟਰਪਤੀ ਦੀ ਕੌਮੀ ਬੁਨਿਆਦੀ ਢਾਂਚਾ ਸਲਾਹਕਾਰ ਕੌਂਸਲ ਵਾਈਟ ਹਾਊਸ ਵਿੱਚ ਪੌਤਿਕ ਅਤੇ ਸਾਈਬਰ ਜੋਖਮ ਘਟਕਰਨ ਅਤੇ ਦੇਸ਼ ਦੇ ਬਹਤਵਪੂਰਨ ਬੁਨਿਆਦੀ ਢਾਂਚਿਆਂ ਦੀ ਸੁਰੱਖਿਆ ਵਿੱਚ ਸੁਧਾਰ ਲਿਆਉਣ ਲਈ ਸੁਝਾਅ ਦਿੰਦੀ ਹੈ ਐਨਆਈਏਸੀ ਲਈ ਬੁੱਧਵਾਰ ਨੂੰ ਬੈਂਕਿੰਗ ਵਿੱਤੀ ਆਵਾਜਾਈ ਊਰਜਾ ਪਾਣੀ ਡੈਮ ਰੱਖਿਆ ਸੰਚਾਰ ਸੂਚਨਾ ਟੈਕਨੋਲੋਜੀ ਸਿਹਤ ਸੇਵਾਵਾਂ ਖਾਦ ਅਤੇ ਖੇਤੀ ਸਰਕਾਰੀ ਸਹੂਲਤਾਂ ਅਮਰਜੈਂਸੀ ਸੇਵਾਵਾਂ ਅਤੇ ਉੱਚ ਸਿੱਖਿਆ ਦੇ ਖੇਤਰ ਨਾਲ ਸੰਬੰਧ ਰੱਖਣ ਵਾਲੇ 26 ਜਾਣਿਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਅਸਥਾਨ ਉੱਤਰੀ ਅਮਰੀਕਾ ਵਿੱਚ ਸਭ ਤੋਂ ਵੱਡੇ ਪਾਵਰ ਗ੍ਰਿਡ ਪੀਜੀਐਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੁਖੀ ਨੇ ਮਧੂ 베ਰੀ ਬਾਲ ਨੇ 1985 ਵਿੱਚ ਇਨੋਵੇਟਿਵ ਐਮਰਜੈਂਸੀ ਮੈਨੇਜਮੈਂਟ ਦੀ ਸਥਾਪਨਾ ਕੀਤੀ ਸੀ ਉਹ ਆਈਈਐਮ ਦੀ ਸੀਈਓ ਅਤੇ ਮੁਖੀ ਹੈ ਵਾਈਟ ਹਾਊਸ ਨੇ ਪਾਕਿਸਤਾਨ ਵਿੱਚ ਭਿਆਨਕ ਖੜਾ ਕਾਰਨ ਹੋਏ ਜਾਣੀ ਨੁਕਸਾਨ ਅਤੇ ਤਬਾਹੀ ਤੇ ਦੁੱਖ ਪ੍ਰਗਟ ਕੀਤਾ ਮੀ ਕਾਰਨ ਆਏ ਹੜ੍ਹਾਂ ਨੇ ਪੂਰੇ ਪਾਕਿਸਤਾਨ ਵਿੱਚ ਤਬਾਹੀ ਮਚਾ ਦਿੱਤੀ ਹੈ 1100 ਤੋਂ ਬਾਅਦ ਲੋਕ ਮਾਰੇ ਗਏ ਨੇ ਅਤੇ 3.3 ਕਰੋੜ ਲੋਕ ਬੇਕਾਰ ਹੋਏ ਨੇ ਵਾਈਟ ਹਾਊਸ ਦੀ ਪ੍ਰੈਸ ਸੈਕਰਟਰੀ ਕੈਰੀਨ ਜ਼ੀਨ ਨੇ ਬੁੱਧਵਾਰ ਨੂੰ ਆਪਣੀ ਰੋਜ਼ਾਨਾ ਨਿਊਜ਼ ਕਾਨਫਰੰਸ ਵਿੱਚ ਕਿਹਾ ਅਸੀਂ ਪਾਕਿਸਤਾਨ 'ਚ ਭਿਆਨਕ ਖੜਾ ਕਾਰਨ ਹੋਏ ਭਾਰੀ ਨੁਕਸਾਨ ਅਤੇ ਤਬਾਹੀ ਤੋਂ ਬਹੁਤ ਦੁਖੀ ਹਾਂ ਅਸੀਂ ਪ੍ਰਭਾਵਿਤ ਸਾਰੇ ਵਿਅਕਤੀਆਂ ਅਤੇ ਪਰਿਵਾਰਾਂ ਪ੍ਰਤੀ ਡੂੰਗੀ ਹਮਦਰਦੀ ਪ੍ਰਗਟ ਕਰਦੇ ਹਾਂ ਅਮਰੀਕਾ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਲੋਕਾਂ ਦੇ ਨਾਲ ਖੜਾ ਹੈ ਉਹਨਾਂ ਨੇ ਕਿਹਾ ਕੱਲ ਯੂਐਸਏ ਆਈਡੀ ਨੇ ਘੋਸ਼ਣਾ ਕੀਤੀ ਹੈ ਕਿ ਉਹ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਮਨੁੱਖੀ ਸਹਾਇਤਾ ਵਿੱਚ 3 ਕਰੋੜ ਅਮਰੀਕੀ ਡਾਲਰ ਦੀ ਵੱਡੂ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਆਫਤ ਪ੍ਰਬੰਧਨ ਮਾਹਰ ਵੀ ਹੜ੍ਹ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਇਸਲਾਮਾਬਾਦ ਵਿੱਚ ਨੇ ਉਹਨਾਂ ਨੇ ਕਿਹਾ ਕਿ ਅਮਰੀਕਾ ਪਾਕਿਸਤਾਨ ਦੇ ਲੋਕਾਂ ਦਾ ਮਜ਼ਬੂਤ ਸਮਰਥਕ ਰਿਹਾ ਅਤੇ ਰਹੇਗਾ ਅਸੀਂ ਪਾਕਿਸਤਾਨ ਨੂੰ ਸਭ ਤੋਂ ਵੱਧ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਦੇ ਹਾਂ ਤੇ ਅਸੀਂ 3.3 ਕਰੋੜ ਅਮਰੀਕੀ ਡਾਲਰ ਤੋਂ ਵੱਧ ਵੀ ਸਹਾਇਤਾ ਪ੍ਰਦਾਨ ਕੀਤੀ ਹੈ ਅਸੀਂ ਪਾਕਿਸਤਾਨ ਦੀ ਸਥਿਤੀ ਤੇ ਨੇੜਿਓਂ ਨਜ਼ਰ ਰੱਖਾਂਗੇ ਇਸ ਭਿਆਨਕ ਤਰਾਸ਼ ਤੋਂ ਇਤਬਾਦ ਹੋਰ ਮਦਦ ਦੀ ਲੋੜ ਹੈ ਇਸ ਤਰ੍ਹਾਂ ਅਮਰੀਕੀ ਸੰਸਦ ਮੈਂਬਰਾਂ ਨੇ ਪ੍ਰਸ਼ਾਸਨ ਨੂੰ ਪਾਕਿਸਤਾਨ ਨੂੰ ਹੋਰ ਮਨੁੱਖੀ ਸਹਾਇਤਾ ਭੇਜਣ ਦੀ ਅਪੀਲ ਕੀਤੀ ਹੈ। ਅਮਰੀਕਾ ਵਿਖੇ ਕੈਲੀਫੋਰਨੀਆ 'ਚ ਭਿਆਨਕ ਗਰਮੀ ਪੈ ਰਹੀ ਹੈ ਇਸ ਤਰ੍ਹਾਂ ਅਧਿਕਾਰੀਆਂ ਨੇ ਬਿਜਲੀ ਦੀ ਵੱਧ ਦੀ ਮੰਗ ਨਾਲ ਨਜਿੱਠਣ ਲਈ ਇੱਕ ਰਾਜ ਵਿਆਪਿਕ ਗ੍ਰਿਡ ਐਮਰਜੈਂਸੀ ਕੂਸ਼ਿਤ ਕੀਤੀ ਹੈ। ਜਿਸ ਨਾਲ ਬਲੈਕਆਊਟ ਹੋਣ ਦੀ ਸੰਭਾਵਨਾ ਵੱਧ ਗਈ ਹੈ ਕੈਲੀਫੋਰਨੀਆ ਦੇ ਇੰਡੀਪੈਂਡੈਂਟ ਸਿਸਟਮ ਆਪਰੇਟਰ ਨੇ ਆਪਣੀਆਂ ਸਾਰੀਆਂ ਉਪਲਬਧ ਬਿਜਲੀ ਸਪਲਾਈਆਂ ਨੂੰ ਟੈਪ ਕਰਨ ਤੋਂ ਬਾਅਦ ਸਥਾਨਕ ਸਮੇਂ ਅਨੁਸਾਰ ਦੁਪਹਿਰ 3:10 ਤੋਂ ਤੁਰੰਤ ਬਾਅਦ ਪੱਦਰ ਇੱਕ ਊਰਜਾ ਸੰਕਟ ਕਾਲੀਨ ਚੇਤਾਵਨੀ ਜਾਰੀ ਕੀਤੀ ਇਹ ਨੋਟਿਸ ਜੋ ਅਧਿਕਾਰੀਆਂ ਦੁਆਰਾ ਘਰਾਂ ਅਤੇ ਕਾਰੋਬਾਰਾਂ ਨੂੰ ਬਚਾਉਣ ਲਈ ਕਹਿਣ ਤੋਂ ਬਾਅਦ ਆਇਆ ਹੈ ਇੱਕ ਚਿਤਾਵਨੀ ਹੈ ਕਿ ਰਾਜ ਬਿਜਲੀ ਦੀ ਘਾਟ ਦੀ ਉਮੀਦ ਕਰ ਰਿਹਾ 2020 ਦੀਆਂ ਗਰਮੀਆਂ ਤੋਂ ਬਾਅਦ ਕੈਲੀਫੋਰਨੀਆ ਦੇ ਗ੍ਰਿਡ ਲਈ ਇਹ ਸਭ ਤੋਂ ਵੱਡਾ ਇਮਤਿਹਾਨ ਹੈ ਜਦੋਂ ਰੋਲਿੰਗ ਆਊਟੇਜ ਨੇ ਰਾਜ ਦੇ ਕੁਝ ਹਿੱਸਿਆਂ ਨੂੰ ਘੇਰ ਲਿਆ ਅਜਿਹਾ ਉਦੋਂ ਹੋਇਆ ਜਦੋਂ ਯੂਕਰੇਨ ਵਿੱਚ ਰੂਸ ਦੀ ਜੰਗ ਨੇ ਯੂਰਪ ਵਿੱਚ ਊਰਜਾ ਸੰਕਟ ਪੈਦਾ ਕੀਤਾ ਹੈ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਜ਼ਮ ਜਿਨ੍ਹਾਂ ਨੇ ਬੁੱਧਵਾਰ ਨੂੰ ਐਮਰਜੈਂਸੀ ਬਿਜਲੀ ਸਪਲਾਈ ਨੂੰ ਖਾਲੀ ਕਰਨ ਲਈ ਇੱਕ ਕਾਰਜਕਾਰੀ ਆਦੇਸ਼ ਜਾਰੀ ਕੀਤਾ ਨੇ ਇੱਕ ਨਿਊਜ਼ ਕਾਨਫਰੰਸ ਦੌਰਾਨ ਕਿਹਾ ਕਿ ਬਿਲਕੁਲ ਸਪਸ਼ਟ ਹੈ ਕਿ ਕੁਦਰਤ ਨੇ ਸਾਨੂੰ ਪਛਾੜ ਦਿੱਤਾ ਹੈ ਹਕੀਕਤ ਇਹ ਹੈ ਕਿ ਅਸੀਂ અત્યੰਤ ਯੁੱਗ ਵਿੱਚ ਰਹਿ ਰਹੇ ਹਾਂ ਜਿਸ ਵਿੱਚ ਬਹੁਤ ਜ਼ਿਆਦਾ ਗਰਮੀ ਹੈ ਗੌਰਤ ਲਬ ਹੈ ਕਿ 1200 ਸਾਲਾਂ ਵਿੱਚ ਸਭ ਤੋਂ ਭਿਆਨਕ ਸੋਕੇ ਨੇ ਕੈਲੀਫੋਰਨੀਆ ਦੇ ਲਗਭਗ ਹਰ ਇੰਚ ਨੂੰ ਇਸ ਗਰਮੀ ਵਿੱਚ ਸੋਕੇ ਦੀ ਲਪੇਟ ਵਿੱਚ ਲੈ ਲਿਆ ਜਿਸ ਨਾਲ ਨਦੀਆਂ ਅਤੇ ਜਲ ਭੰਡਾਰ ਖਤਰਨਾਕ ਤੌਰ ਤੇ ਨੀਵੇਂ ਹੋ ਗਏ ਅਧਿਕਾਰੀਆਂ ਨੇ ਵਸਨੀਕਾਂ ਨੂੰ ਬੁੱਧਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 4 ਵਜੇ ਤੋਂ ਰਾਤ 9 ਵਜੇ ਤੱਕ ਬਿਜਲੀ ਦੀ ਬਚਤ ਕਰਨ ਲਈ ਕਿਹਾ ਕਿਉਂਕਿ ਤਾਪਮਾਨ 38 ਡਿਗਰੀ ਸੈਲਸੀਅਸ ਤੋਂ ਵੱਧ ਗਿਆ ਹੈ Google ਨੇ ਆਪਣੇ ਐਪ ਸਟੋਰ ਤੋਂ ਡੋਨਾਲਡ ਟਰੰਪ ਦੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪਾਬੰਦੀ ਲਗਾ ਦਿੱਤੀ ਹੈ ਇਸ ਸਬੰਧ ਵਿੱਚ ਕੰਪਨੀ ਨੇ ਬੁੱਧਵਾਰ ਨੂੰ ਕਿਹਾ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਚਾਈ ਸੋਸ਼ਲ ਐਪ Google ਦੇ ਐਪ ਸਟੋਰ ਵਿੱਚ ਉਦੋਂ ਤੱਕ ਅਣਚਾਹੀ ਰਹੇਗੀ ਜਦੋਂ ਤੱਕ ਇਹ ਹਿੰਸਕ ਧਮਕੀਆਂ ਸਮੇਤ ਸਮਗਰੀ ਸੰਚਾਲਨ ਦੇ ਨਿਯਮ ਦੀ ਪਾਲਣਾ ਨਹੀਂ ਕਰਦੇ ਟਰੰਪ ਕੈਂਪ ਨੇ ਕਿਹਾ ਕਿ ਉਹ ਨਹੀਂ ਜਾਣਦਾ ਕਿ ਉਸਤੇ ਸੋਸ਼ਲ ਨੈਟਵਰਕ ਐਪ ਨੂੰ ਅਜੇ ਤੱਕ ਗੂਗਲ ਪਲੇ ਸਟੋਰ ਲਈ ਮਨਜ਼ੂਰੀ ਕਿਉਂ ਨਹੀਂ ਦਿੱਤੀ ਗਈ ਹੈ ਜੋ ਐਂਡਰੋਇਡ ਸੰਚਾਲਿਤ smartphones ਲਈ ਸਮਗਰੀ ਪ੍ਰਦਾਨ ਕਰਦਾ ਹੈ ਇਸ ਦੌਰਾਨ ਇੰਟਰਨੈਟ ਡਿਗਰਸ ਨੇ ਇੱਕ ਬਿਆਨ ਵਿਚਾਰੀ ਕੀਤਾ ਹੈ ਚੀਨ ਦੀ ਜਲਸਾਣਾ ਤਾਇਵਾਨ ਨੂੰ ਚੀਨ ਦੀ ਮੁੱਖ ਭੂਮੀ ਤੋਂ ਵੱਖ ਕਰਨ ਵਾਲੇ ਤਾਇਵਾਨ ਜਲਧਮਰੂ ਤੋਂ ਐਤਵਾਰ ਨੂੰ ਲੰਘਣ ਵਾਲੇ ਦੋ ਅਮਰੀਕੀ ਜੰਗੀ ਜਹਾਜ਼ਾਂ ਦੀ ਨੇੜੇ ਨਜ਼ਰ ਰੱਖ ਰਹੀ ਸੀ ਅਮਰੀਕੀ ਕਾਂਗਰਸ ਦੇ ਹਿੰਟਲੇ ਸਦਨ ਪ੍ਰਤੀਨਿਧ ਤਬਾਦੀ ਸਪੀਕਰ ਡੈਂਸੀ ਪਲੂਸੀ ਦੇ ਤਾਇਵਾਨ ਦੌਰੇ ਤੋਂ ਬਾਅਦ ਇਹ ਵਾਸ਼ਿੰਗਟਨ ਦੀ ਪਹਿਲੀ ਮੁਹਿੰਮ ਸੀ ਇਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਨਵੇਂ ਸਿਰੇ ਤੋਂ ਤਣਾਅ ਮੁੜ ਸ਼ੁਰੂ ਹੋ ਗਿਆ ਅਮਰੀਕੀ ਜੰਗੀ ਬੇੜੇ ਤਾਇਵਾਨ ਸਟੇਟ ਤੋਂ ਲੰਘੇ ਸਨ ਜਿੱਥੇ ਅਗਸਤ ਵਿੱਚ ਕਈ ਦਿਨਾਂ ਤੱਕ ਚੀਨੀ ਫੌਜ ਅਭਿਆਸ ਹੋਏ ਸਨ ਜੋ ਅਕਸਰ ਚੀਨ ਅਤੇ ਤਾਇਵਾਨ ਨੂੰ ਵਾਕ ਕਰਨ ਵਾਲੀ ਲਾਈਨ ਨੂੰ ਪਾਰ ਕਰਦੇ ਨੇ ਤੇ ਇਸ ਦਾ ਦਾਵਾ ਕਰਦੇ ਨੇ ਕੈਨੇਡਾ ਵਿੱਚ ਇੱਕ ਹੋਰ ਪੰਜਾਬੀ ਮਨਦੀਪ ਸਿੰਘ ਦੀ 2 ਮਿਲੀਅਨ ਡਾਲਰ ਦੀ ਲਾਟਰੀ ਨਿਕਲੀ ਹੈ ਪੰਜਾਬੀ ਕੈਨੇਡਾ ਦੇ ਸ਼ਹਿਰ ਸਰੀ ਦੇ ਨਿਵਾਸੀ ਨੇ ਜੋ ਕਿ ਇੱਕ ਟਰੱਕ ਡਰਾਈਵਰ ਹੈ ਮਨਦੀਪ ਨੇ ਦੱਸਿਆ ਕਿ ਮੈਂ ਇੱਕ ਡਰਾਈਵਰ ਆ ਤੇ ਜਦੋਂ ਉਸ ਨੂੰ ਲਾਟਰੀ ਜਿੱਤਣ ਬਾਰੇ ਪਤਾ ਲੱਗਾ ਤਾਂ ਉਹ ਆਪਣੇ ਟਰੱਕ ਵਿੱਚ ਸੀ ਅਤੇ ਕੰਬਣ ਲੱਗ ਗਿਆ ਜੇਤੂ ਮਨਦੀਪ ਨੇ ਕਿਹਾ ਕਿ ਜਦੋਂ ਇਸ ਸੰਬੰਧੀ ਮੈਂ ਆਪਣੀ ਪਤਨੀ ਅਤੇ ਬੱਚਿਆਂ ਨੂੰ ਦੱਸਿਆ ਉਹ ਖੁਸ਼ੀ ਵਿੱਚ ਰੋਣ ਲੱਗ ਪਏ ਮਨਦੀਪ ਕਈ ਸਾਲਾਂ ਤੋਂ ਲਗਾਤਾਰ ਲਾਟਰੀ ਦੀ ਟਿਕਟ ਖਰੀਦ ਰਿਹਾ ਸੀ ਮਨਦੀਪ ਨੇ ਬ੍ਰਿਟਿਸ਼ ਕੋਲੰਬੀਆ ਲੋਟਰੀ ਕਾਰਪੋਰੇਸ਼ਨ ਦੀ BC49 ਲੋਟਰੀ ਦੀ ਟਿਕਟ ਲੈਂਗਲੇ 88ਵੇਂ ਐਵੇਨਿਊ ਤੇ ਸਥਿਤ ਟਾਊਨ ਪੈਂਟਰੀ ਤੋਂ ਖਰੀਦੀ ਜੇਤੂ ਮਨਦੀਪ ਮਾਨ ਦਾ ਕਹਿਣਾ ਹੈ ਕਿ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਇਨਸਾਨ ਮਹਿਸੂਸ ਕਰ ਰਿਹਾ ਮੈਂ ਇੱਕ ਸਧਾਰਨ ਆਦਮੀ ਹਾਂ ਇਸ ਲੋਟਰੀ ਦੀ ਜਿੱਤੀ ਹੋਈ ਰਕਮ ਨਾਲ ਮੈਂ ਆਪਣੀ ਧੀ ਨੂੰ ਚੇਰੀ ਸਿੱਖਿਆ ਦੀ ਪੜ੍ਹਾਈ ਕਰਾਵਾਂਗਾ ਕੈਨੇਡਾ ਵਿੱਚ ਇੱਕ ਦੇਸ਼ ਵਿਆਪੀ ਤਿੰਨ ਅੰਕਾਂ ਵਾਲੀ ਖੁਦਕੁਸ਼ੀ ਰੋਕ ਥਾਮ ਅਤੇ ਮਾਨਸਿਕ ਸਿਹਤ ਸੰਕਟ ਹੌਟਲਾਈਨ 2023 ਵਿੱਚ ਲਾਗੂ ਹੋ ਜਾਏਗੀ। ਦੇਸ਼ ਦੇ ਪ੍ਰਸਾਰਣ ਅਤੇ ਦੂਰਸੰਚਾਰ ਰੈਗੂਲੇਟਰ ਨੇ ਇਸ ਸੰਬੰਧੀ ਐਲਾਨ ਕੀਤਾ ਹੈ। ਸਮਾਚਾਰ ਏਜੰਸੀ ਸ਼ਿਨੂਹਾ ਦੀ ਰਿਪੋਰਟ ਮੁਤਾਬਕ ਬੁੱਧਵਾਰ ਨੂੰ ਆਪਣੀ ਘੋਸ਼ਣਾ ਵਿੱਚ ਕੈਨੇਡੀਅਨ ਰੇਡੀਓ ਟੈਲੀਵਿਜ਼ਨ ਅਤੇ ਦੂਰਸੰਚਾਰ ਕਮਿਸ਼ਨ ਨੇ ਕਿ ਹਾਂ ਕਿ 3 ਨਵੰਬਰ 2023 ਨੂੰ ਸ਼ੁਰੂ ਹੋਣ ਵਾਲੀ ਹੌਟਲਾਈਨ 988 ਨੂੰ ਕੈਨੇਡੀਅਨ ਲਈ ਕਾਲ ਕਰਨ ਜਾਂ ਟੈਕਸ ਕਰਨ ਲਈ ਨੰਬਰ ਵਜੋ ਅਪਣਾਏਗੀ ਜਿਨ੍ਹਾਂ ਨੂੰ ਮਾਨਸਿਕ ਸਿਹਤ ਸੰਕਟ ਅਤੇ ਖੁਦਕੁਸ਼ੀ ਰੋਕਥਾਮ ਦਾਖਲ ਦੀ ਫੌਰੀ ਲੋੜ ਹੈ ਸੀਆਰਟਸੀ ਨੇ ਕਿਹਾ ਕਿ ਇੱਕ ਵਾਰ ਟੈਲੀਫੋਨ ਅਤੇ ਵਾਇਰਲੈਸ ਸੇਵਾ ਪ੍ਰਦਾਤਾਵਾਂ ਦੁਆਰਾ ਲਾਗੂ ਕੀਤੇ ਜਾਣ ਤੋਂ ਬਾਅਦ 988 ਤੇ ਕਾਲਾਂ ਤੇ ਟੈਕਸ ਨੂੰ ਮਾਨਸਿਕ ਸਿਹਤ ਸੰਗਠਨ ਜਾਂ ਖੁਦਕੁਸ਼ੀ ਰੋਕਥਾਮ ਸੇਵਾ ਲਈ ਮੁਫਤ ਨਿਰਦੇਸ਼ਿਤ ਕੀਤਾ ਜਾਏਗਾ ਉਹਨਾਂ ਨੇ ਅੱਗੇ ਕਿਹਾ ਕਿ 988 ਤੇ ਟੈਕਸਟ ਕਰਨ ਦੀ ਯੋਗਤਾ ਇਹ ਯਕੀਨੀ ਬਣਾਏਗੀ ਕਿ ਸੰਕਟ ਵਿੱਚ ਉਹ ਲੋਕ ਜੋ ਸੁਰੱਖਿਅਤ ਢੰਗ ਨਾਲ ਕਾਲ ਕਰਨ ਵਿੱਚ ਅਸਮਰਥ ਨੇ ਜਾਂ ਟੈਕਸਟਿੰਗ ਨੂੰ ਤਰਜੀਹ ਦਿੰਦੇ ਨੇ ਕਾਉਂਸਲਿੰਗ ਪ੍ਰਾਪਤ ਕਰਨ ਦੇ ਯੋਗ ਨੇ ਅੰਟਾਰੀਓ ਵਿੱਚ ਕੋਰੋਨਾ ਮਰੀਜ਼ਾਂ ਲਈ 5 ਦਿਨ ਕੁਆਰੰਟਾਈਨ ਰਹਿਣ ਦਾ ਨਿਯਮ ਸਖਤ ਕਰ ਦਿੱਤਾ ਗਿਆ ਹੈ ਜੀਹਾਂ ਸੂਬੇ ਦੇ ਮੁੱਖ ਸਿਹਤ ਅਫਸਰ ਡਾਕਟਰ ਕੈਨਨ ਮੂਰ ਨੇ ਕਿਹਾ ਕਿ ਪੀਸੀਆਰ ਟੈਸਟ ਦੀ ਪੋਜ਼ਿਟਿਵ ਰਿਪੋਰਟ ਵਾਲੇ ਲੋਕ ਮਾਸਕ ਲਗਾ ਕੇ ਜਨ ਤੱਕ ਥਾਮਾ ਤੇ ਜਾ ਸਕਦੇ ਨੇ ਜੀ ਉਹਨਾਂ ਦੇ ਸਰੀਰ ਵਿੱਚ ਖਾਂਗ ਜ਼ੁਕਾਮ ਦੇ ਕੋਈ ਲੱਛਣ ਨਜ਼ਰ ਨਹੀਂ ਆ ਰਹੇ ਡਾਕਟਰ ਮੂਰ ਨੇ ਕਿਹਾ ਕਿ ਪੋਜ਼ਿਟਿਵ ਰਿਪੋਰਟ ਵਾਲਾ ਸ਼ਖਸ ਚਾਹੇ ਤਾਂ ਕੁਆਰੰਟੇਨ ਹੋ ਸਕਦਾ ਹੈ ਪਰ ਹੁਣ ਇਹ ਲਾਜ਼ਮੀ ਨਹੀਂ ਰਹਿ ਗਿਆ ਕਰੋਨਾ ਰਿਪੋਰਟ ਪੋਜ਼ਿਟਿਵ ਆਉਣ ਤੋਂ ਬਾਅਦ ਅਗਲੇ ਦਿਨ ਸੰਬੰਧਤ ਸ਼ਖਸ ਆਪਣੇ ਕੰਮ ਜਾਂ ਸਕੂਲ ਵਿੱਚ ਪਰਤ ਸਕਦਾ ਹੈ ਬਸ਼ਰਤੇ 마스크 ਲਾਜ਼ਮੀ ਤੌਰ ਤੇ ਲੱਗਿਆ ਹੋਵੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਕਿ ਆਮ ਤੌਰ ਤੇ ਸਤੰਬਰ ਦੇ ਅੰਤ ਵਿੱਚ ਫਲੂ ਸੀਜ਼ਨ ਸ਼ੁਰੂ ਹੋ ਜਾਂਦਾ ਹੈ ਜਿਸ ਨੂੰ ਵੇਖਦੇ ਆ ਤਾਜ਼ਾ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਖਾਂਗ ਜ਼ੁਕਾਮ ਦੇ ਲੱਛਣਾਂ ਵਾਲੀ ਹਰ ਮਰੀਜ਼ ਦਾ ਕਰੋਨਾ ਟੈਸਟ ਕਰਨਾ ਸੰਭਵ ਨਹੀਂ ਹੈ ਅਤੇ ਇਸੇ ਕਰਕੇ احتیاط ਵਰਤਣ ਤੇ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਉਹਨਾਂ ਨੇ ਅੱਗੇ ਕਿਹਾ ਕਿ ਬਜ਼ੁਰਗਾਂ ਦੀ ਰਿਹਾਈਸ਼ ਵਾਲੀਆਂ ਥਾਵਾਂ ਤੇ ਕੰਮ ਕਰਨ ਵਾਲਿਆਂ ਬਾਰੇ ਜਲਦੀ ਨਵੀਆਂ ਸਿਹਤ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ ਬਿਮਾਰ ਲੋਕਾਂ ਨੂੰ ਲੌਂਗ ਟਰਮ ਕੇਅਰ ਹੋਮਸ ਵਰਗੀਆਂ ਥਾਵਾਂ ਤੇ ਜਾਣ ਤੋਂ ਰੋਕਿਆ ਜਾਏਗਾ ਤਾਂਕਿ ਬਜ਼ੁਰਗਾਂ ਨੂੰ ਇਨਫੈਕਸ਼ਨ ਤੋਂ ਬਚਾਇਆ ਜਾ ਸਕੇ। ਕੈਨੇਡਾ ਦੇ ਬ੍ਰੈਮਟਨ ਸ਼ਹਿਰ ਵਿੱਚ ਭਗਵਤ ਗੀਤਾ ਦੇ ਨਾਮ ਤੇ ਪਾਕ ਬਣਾਇਆ ਜਾ ਰਿਹਾ ਜਿੱਥੇ ਸ੍ਰੀ ਕ੍ਰਿਸ਼ਨ ਅਤੇ ਅਰਜੁਨ ਦਾ ਰੱਥ ਵੀ ਸਥਾਪਿਤ ਕੀਤਾ ਜਾਏਗਾ ਬ੍ਰੈਮਟਨ ਦੇ ਮੇਅਰ ਪੈਟਰਿਕ ਬ੍ਰਾਊਨ ਮੁਤਾਬਕ ਸਿਟੀ ਕੌਂਸਲ ਵੱਲੋਂ ਇਸ ਪ੍ਰੋਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਕੈਨੇਡਾ ਵਿੱਚ ਇੰਟਰਨੈਸ਼ਨਲ ਗੀਤਾ ਫੈਸਟੀਵਲ ਮਨਾਉਂਦਿਆਂ ਇਹ ਉਪਰਾਲਾ ਕੀਤਾ ਜਾ ਰਿਹਾ ਇੰਟਰਨੈਸ਼ਨਲ ਗੀਤਾ ਫੈਸਟੀਵਲ ਦੀ ਸ਼ੁਰੂਆਤ 16 ਸਤੰਬਰ ਨੂੰ ਓਟਾਵਾ ਵਿਖੇ ਪਾਰਲੀਮੈਂਟ ਹਲਤ ਹੋਏਗੀ ਜਿੱਥੇ ਭਗਵਤ ਗੀਤਾ ਦੇ ਉਪਦੇਸ਼ ਅਤੇ ਸਿੱਖਿਆਵਾਂ ਬਾਰੇ ਸੰਸਦ ਮੈਂਬਰ ਚਰਚਾ ਕਰਨਗੇ ਇਸ ਮਗਰੋਂ 18 ਸਤੰਬਰ ਨੂੰ ਟ੍ਰਾਂਟੋ ਵਿਖੇ ਇੱਕ ਸ਼ੋਭਾ ਯਾਤਰਾ ਵੀ ਕੱਢੀ ਜਾ ਰਹੀ ਹੈ ਭਗਵਤ ਗੀਤਾ ਪਾਰਕ 3.75 ਏਕੜ ਵਿੱਚ ਬਣੇਗਾ ਤੇ ਇੱਥੇ ਹਿੰਦੂ ਧਰਮ ਨਾਲ ਸੰਬੰਧਿਤ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਏਗੀ ਕੈਨੇਡੀਅਨ ਖੂਫੀਆ ਏਜੰਸੀ ਦੇ ਇੱਕ ਮੁਖਬਰ ਵੱਲੋਂ ਨਿਆਣੀ ਉਮਰ ਦੀਆਂ ਬਰਤਾਨਵੀ ਲੜਕੀਆਂ ਨੂੰ ਸੀਰੀਆ ਵਿੱਚ ਇਸਲਾਮਿਕ ਸਟੇਟ ਦੇ ਅੱਡੇ ਤੱਕ ਪਹੁੰਚਾਉਣ 'ਚ ਲੱਗੇ ਦੋਸ਼ਾਂ ਦਰਮਿਆਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡੀਅਨ ਸਿਕਿਉਰਿਟੀ ਐਂਡ ਇੰਟੈਲੀਜੈਂਸ ਸਰਵਿਸਿਜ਼ ਦੀ ਹਮਾਇਤ ਵਿੱਚ ਨਿਤਾ ਰਏ ਨੇ ਪੱਤਰਕਾਰਾਂ ਵੱਲੋਂ ਮਨੁੱਖੀ ਤਸਕਰੀ ਦੇ ਦੋਸ਼ਾਂ ਬਾਰੇ ਪੁੱਛੇ ਜਾਣ ਤੇ ਜਸਟਿਨ ਟਰੂਡੋ ਨੇ ਕਿਹਾ ਕਿ ਸਰਕਾਰ ਇਨ੍ਹਾਂ ਦਾਅਵਿਆਂ ਦੀ ਪੜਤਾਲ ਕਰੇਗੀ ਅਤੇ ਉਮੀਦ ਹੈ ਕਿ ਖੂਫੀਆ ਏਜੰਸੀਆਂ ਭਵਿੱਖ ਵਿੱਚ ਨਿਯਮਾਂ ਦਾ ਖਿਆਲ ਰੱਖਣਗੀਆਂ ਯੂਕੇ ਦੇ ਲੇਖਕ ਕ੍ਰੀਚਰਡ ਕਬਾਜ਼ ਵੱਲੋਂ ਲਿਖੀ ਕਿਤਾਬ ਦਾ ਸਿਕਰਟ ਹਿਸਟਰੀ ਆਫ 5 ਆਈਜ਼ ਵਿੱਚ ਦਾਵਾ ਕੀਤਾ ਗਿਆ ਹੈ ਕਿ ਕੈਨੇਡੀਅਨ ਖੁਫੀਆ ਏਜੰਸੀਆਂ ਦੇ ਇੱਕ ਮੁਖਵਰ ਨੇ 15 ਸਾਲ ਦੀ ਸ਼ਸ਼ਮੀਮਾ ਬੇਗਮ ਅਤੇ ਉਹਨਾਂ ਦੀਆਂ ਹਮ ਉਮਰ ਦੋ ਸਹੇਲੀਆਂ ਨੂੰ ਉੱਤਰੀ ਸਿਰਿਆ ਵਿੱਚ ਇਸਲਾਮਿਕ ਸਟੇਟ ਦੇ ਅੱਡੇ ਤੱਕ ਪਹੁੰਚਾਇਆ ਕਿਤਾਬ ਵਿੱਚ ਦਾਵਾ ਵੀ ਕੀਤਾ ਗਿਆ ਹੈ ਕਿ ਕੈਨੇਡੀਅਨ ਖੁਫੀਆ ਏਜੰਸੀ ਨੇ ਲਾਪਤਾ ਲੜਕੀਆਂ ਦੇ ਮਾਮਲੇ ਦੀ ਜਾਂਚ ਕਰ ਰਹੀ ਲੰਡਨ ਦੀ मेट्रोपॉलिटन पुलिस ਨਾਲ ਸੰਪਰਕ ਕੀਤਾ ਅਤੇ ਇਸ ਪਾਸੇ ਬਹੁਤ ਧਿਆਨ ਨਾ ਦੇਣ ਲਈ ਵੀ ਕਾਲ ਆਖੀ ਹੈ ਓਨਟਾਰੀਓ ਵਿੱਚ 5 ਸਾਲ ਤੋਂ 11 ਸਾਲ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਦੀਆਂ ਬੂਸਟਰ ਡੋਸ ਲਈ ਅਪਾਇੰਟਮੈਂਟ ਬੁੱਕ ਕਰਨ ਦਾ ਸਿਲਸਲਾ ਸਰੀਆ 8 ਵਜੇ ਸ਼ੁਰੂ ਹੋ ਗਿਆ ਤੇ ਬਾਪੇ ਆਪਣੀ ਸੁਹੂਲਤ ਮੁਤਾਬਕ ਸਮਾਂ ਅਤੇ ਸਥਾਨ ਬੁੱਕ ਕਰ ਰਹੇ ਸਨ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਸਰਕਾਰੀ ਪੋਰਟਲ ਰਾਹੀਂ ਅਪਾਇੰਟਮੈਂਟ ਬੁੱਕ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਬੱਚਿਆਂ ਤੇ ਬਾਪੇ ਲੋਕਲ ਪਬਲਿਕ ਹੈਲਥ ਯੂਨਿਟਸ ਰਾਹੀਂ ਵੀ ਅਪਾਇੰਟਮੈਂਟ ਬੁੱਕ ਕਰ ਸਕਦੇ ਨੇ ਓਨਟਾਰੀਓ ਦੇ ਮੁਖ ਸਿਹਤ ਅਫਸਰ ਡਾਕਟਰ ਕੈਰਨ ਮੂਰ ਨੇ ਬੂਸਟਰ ਡੋਜ਼ ਲਗਵਾਉਣ ਦਾ ਸੱਦਾ ਦਿੱਤਾ ਹੈ ਅਤੇ ਕਿਹਾ ਕਿ ਮਹਾਮਾਰੀ ਨਾਲ ਟਾਕਰੇ ਲਈ ਇਹ ਬੇਹੱਦ ਜ਼ਰੂਰੀ ਹੈ ਚੇਤੇ ਰਹੇ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਹੈਲਥ ਕੈਨੇਡਾ ਵੱਲੋਂ 5 ਸਾਲ ਤੋਂ 11 ਸਾਲ ਤੱਕ ਦੇ ਬੱਚਿਆਂ ਲਈ ਫਾਇਜ਼ਰ ਦੀ ਬੂਸਟਰ ਡੋਜ਼ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਸਿਹਤ ਵਿਭਾਗ ਨੇ ਕਿਹਾ ਕਿ ਕੇਵਲ ਉਨ੍ਹਾਂ ਬੱਚਿਆਂ ਨੂੰ ਹੀ ਬੂਸਟਰ ਡੋਜ਼ ਲਗਵਾਈ ਜਾਵੇ ਜਿਨ੍ਹਾਂ ਨੂੰ ਦੂਜਾ ਟੀਕਾ ਲੱਗਿਆ ਘੱਟੋ-ਘੱਟ 6 ਮਹੀਨੇ ਹੋ ਚੁੱਕੇ ਹੋਣ 22 ਅਗਸਤ ਤੋਂ ਲਾਪਤਾ ਸਰੀਦੀ ਵਾਸੀ ਨਵਦੀਪ ਕੌਰ ਸਹੀ ਸਲਾਮਤ ਮਿਲ ਗਈ ਹੈ ਇਸ ਤੇ RCMP ਅਤੇ ਨਵਦੀਪ ਦੇ ਪਰਿਵਾਰ ਨੇ ਸੁਖ ਦਾ ਸਾਹ ਲਿਆ ਇਸ ਤੋਂ ਪਹਿਲਾਂ ਸਰੀਦੀ ਪੁਲਿਸ ਨੇ ਨਵਦੀਪ ਦੀ ਭਾਲ ਲਈ ਲੋਕਾਂ ਦੀ ਮਦਦ ਮੰਗੀ ਸੀ ਸਰੀਦੀ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਨੇ ਦੱਸਿਆ ਕਿ 22 ਅਗਸਤ ਨੂੰ ਲਾਪਤਾ ਹੋਈ 25 ਸਾਲ ਦੀ ਨਵਦੀਪ ਕੌਰ ਸਹੀ ਸਲਾਮਤ ਮਿਲ ਗਈ ਹੈ ਉਹ ਸਰੀਦੀ 125 ਸਟਰੀਟ ਤੇ 6700 ਬਲਾਕ ਵਿੱਚ ਸਥਿਤ ਆਪਣੇ ਘਰ ਵਿੱਚੋਂ 22 ਅਗਸਤ ਦੀ ਸਵੇਰ 6:30 ਵਜੇ ਅਚਾਨਕ ਲਾਪਤਾ ਹੋ ਗਈ ਸੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਤਰੀ ਮੰਡਲ ਵਿੱਚ ਮਾਮਲੀ ਤਬਦੀਲੀਆਂ ਦਾ ਐਲਾਨ ਕੀਤਾ ਸਵਾਚਾਰ ਏਜੰਸੀ ਸ਼ਨੂਹਾ ਦੀ ਰਿਪੋਰਟ ਦੇ ਮੁਤਾਬਕ ਇੱਕ ਬਿਆਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨਤਕ ਸੇਵਾ ਮਾਤ ਤੇ ਖਰੀਦ ਮੰਤਰੀ ਫਲਿਓਮੋਨਾ ਟੈਸੀ ਹੁਣ ਦੱਖਣੀ ਅਨਟੋਰੀਓ ਲਈ ਸੰਗੀ ਆਰਥਿਕ ਵਿਕਾਸ ਏਜੰਸੀ ਲਈ ਜ਼ਿੰਮੇਵਾਰ ਮੰਤਰੀ ਬਣ ਗਈ ਹੈ ਰੀਲੀਜ਼ ਦੇ ਅਨੁਸਾਰ ਦੱਖਣੀ ਅਨਟਾਰੀਓ ਲਈ ਸੰਗੀ ਆਰਥਿਕ ਵਿਕਾਸ ਏਜੰਸੀ ਲਈ ਜ਼ਿੰਮੇਵਾਰ ਮੰਤਰੀ ਹੈਲੇਨਾ ਜ਼ੈਕਜ਼ੇਕ ਹੁਣ ਜਨਤਕ ਸੇਵਾਵਾਂ ਅਤੇ ਖਰੀਦ ਮੰਤਰੀ ਬਣ ਗਏ ਨੇ ਬਿਆਨ ਵਿੱਚ ਟਰੂਡੋ ਦੇ ਹਵਾਲੇ ਨਾਲ ਕਿਹਾ ਗਿਆ ਕਿ ਪਰਵਾਰਕ ਕਾਰਨਾ ਕਰਕੇ ਦੱਖਣੀ ਅਨਟਾਰੀਓ ਵਿੱਚ ਬਦਦੇਰੇ ਸਭਾ ਬਤੌਣ ਦੀ ਤੈਸੀ ਦੀ ਬੇਨਤੀ ਤੋਂ ਬਾਅਦ ਇਹ ਤਬਦੀਲੀਆਂ ਹੋਈਆਂ ਬੁੱਧਵਾਰ ਦਾ ਕੈਬਨਿਟ ਫੇਰ ਬਦਲ ਪਹਿਲੀ ਵਾਰ ਹੈ ਜਦੋਂ ਪ੍ਰਧਾਨ ਮੰਤਰੀ ਨੇ 2021 ਦੀਆਂ ਚੋਣਾਂ ਤੋਂ ਬਾਅਦ ਆਪਣੇ ਮੰਤਰੀ ਮੰਡਲ ਵਿੱਚ ਕੀਤਾ ਕਾਲਾ ਧਨ ਅਤੇ ਅਣ ਐਲਾਨੀ ਆਮਦਨ ਦੇਸ਼ ਵਿੱਚ ਲੰਬੇ ਸਮੇਂ ਤੋਂ ਇੱਕ ਵੱਡਾ ਮੁੱਦਾ ਬਣਿਆ ਹੋਇਆ। ਪਿਛਲੇ ਕਈ ਦਹਾਕਿਆਂ ਤੋਂ ਸਰਕਾਰੀ ਟੈਕਸ ਅਧਿਕਾਰੀ ਸਮੇਂ-ਸਮੇਂ ਤੇ ਨਾਗਰਿਕਾਂ ਵੱਲੋਂ ਵਿਦੇਸ਼ਾਂ 'ਚ ਭੇਜੀ ਜਾ ਰਹੀ ਆਮਦਨ ਦਾ ਖੁਲਾਸਾ ਕਰਦੇ ਆ ਰਹੇ ਨੇ, ਜਿਸ ਤੋਂ ਪਤਾ ਲੱਗਦਾ ਹੈ ਕਿ ਅੱਜ ਵੀ ਵੱਡੀ ਗਿਣਤੀ 'ਚ ਲੋਕ ਵਿਦੇਸ਼ਾਂ 'ਚ ਨਿਵੇਸ਼ ਕਰ ਰਹੇ ਨੇ। ਕਾਲਾ ਧਨ ਤੇ ਅਣ ਐਲਾਨੀ ਆਮਦਨ ਕਿਸੇ ਵੀ ਦੇਸ਼ ਦੀ ਆਰਥਿਕ ਤਾਲੀ ਵੱਡਾ ਖਤਰਾ ਹੁੰਦੀ ਹੈ। ਇਸ ਨਾਲ ਦੇਸ਼ ਵਿੱਚ ਮਹਿੰਗਾਈ, ਭ੍ਰਿਸ਼ਟਾਚਾਰ ਚੁਬਾ ਦਾ ਭਾਰੀ ਮਾਤਰਾ ਵਿੱਚ ਮਾਲੀਏ ਦਾ ਨੁਕਸਾਨ ਹੁੰਦਾ ਹੈ ਇਸ ਸਮੱਸਿਆ ਨੂੰ ਖਤਮ ਕਰਨ ਲਈ ਸਰਕਾਰ ਨੇ ਸਾਲ 2015 ਵਿੱਚ ਅন্ডਰਸਕੋਰਡ ਫੋਰਨ ਇਨਕਮ ਐਂਡ ਅਸੈਸਟਡ ਬਿਲ 2015 ਪੇਸ਼ ਕੀਤਾ ਜਿਸ ਤੋਂ ਬਾਅਦ ਦੇਸ਼ ਦੇ ਸਾਰੇ ਨਾਗਰਿਕਾਂ ਲਈ ਇਹ ਲਾਜ਼ਮੀ ਕਰ ਦਿੱਤਾ ਗਿਆ ਕਿ ਜੇਕਰ ਵਿਦੇਸ਼ ਵਿੱਚ ਉਹਨਾਂ ਦੀ ਕੋਈ ਜਾਇਦਾਦ ਹੈ ਜਾਂ ਜੇਕਰ ਕੋਈ ਆਮਦਨ ਵਿਦੇਸ਼ ਤੋਂ ਆ ਕੇ ਆ ਰਹੀ ਹੈ ਤਾਂ ਉਹਨਾਂ ਨੂੰ ਆਪਣੇ ਆਈਟੀਆਰ ਵਿੱਚ ਇਸ ਦਾ ਐਲਾਨ ਕਰਨਾ ਹੋਵੇਗਾ ਆਮਦਨ ਕਰ ਵਿਭਾਗ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਟੈਕਸਦਾ ਤਾਮਾ ਨੂੰ ਅਨੁਸੂਚੀ ਐਫ ਏ ਦੇ ਤਹਿਤ ਵਿਦੇਸ਼ੀ ਖਾਤੇ ਵਿਦੇਸ਼ੀ ਕੰਪਨੀਆਂ ਦੇ ਸ਼ੇਅਰ ਵਿਦੇਸ਼ੀ ਫੰਡਾਂ ਦੀਆਂ ਮਿਊਚੁਅਲ ਫੰਡ ਇਕਾਈਆਂ ਤੇ ਅਚਲ ਸੰਪਤੀ ਦਾ ਐਲਾਨ ਕਰਨਾ ਹੋਵੇਗਾ। ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਨੇ ਬੁੱਧਵਾਰ ਨੂੰ ਕੇਂਦਰੀ ਸਿਵਲ ਆਵਿਸ਼ਣ ਮੰਤਰੀ ਸ੍ਰੀ ਜੋਤੀ ਰਾਧਾਟਿਆ ਸਿੰਧਿਆ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਪੰਜਾਬ ਦੇ ਹਵਾਈ ਅੱਡਿਆਂ ਤੋਂ ਅੰਤਰਰਾਸ਼ਟਰੀ ਤੇ ਕਾਰਗੋ ਡਾਣਾ ਵਧਾਉਣ ਸੰਬੰਧੀ ਵਿਚਾਰ-ਚਰਚਾ ਕੀਤੀ ਗਈ ਸਿੰਧਿਆ ਨੂੰ ਬੇਨਤੀ ਕੀਤੀ ਗਈ ਹੈ ਕਿ ਪੰਜਾਬ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਮਹਾਲੀ ਹਵਾਈ ਅੱਡੇ ਤੋਂ ਇੰਟਰਨੈਸ਼ਨਲ ਫਲਾਈਟਸ ਨੂੰ ਹੋਰ ਜ਼ਿਆਦਾ ਵਧਾਇਆ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਦਿੱਲੀ ਹਵਾਈ ਅੱਡੇ ਜਾਣ ਦੀ ਖੱਜਲ-ਖੁਆਰੀ ਤੋਂ ਮੁਕਤੀ ਮਿਲ ਸਕੇ ਅਤੇ ਪੰਜਾਬੀ ਖੁਸ਼ੀ-ਖੁਸ਼ੀ ਆਪਣੀ ਵਿਦੇਸ਼ੀ ਯਾਤਰਾ ਕਰ ਸਕਣ ਕਿਉਂਕਿ ਪੰਜਾਬੀ ਕਾਰੋਬਾਰ, ਯਾਤਰਾ, ਪੜ੍ਹਾਈ ਅਤੇ ਘੁੰਮਣ ਵਗੈਰਾ ਲਈ ਅਕਸਰ ਹੀ ਵਿਦੇਸ਼ਾਂ ਨੂੰ ਜਾਂਦੇ ਰਹਿੰਦੇ ਨੇ ਉਹਨਾਂ ਨੂੰ ਹਵਾਈ ਯਾਤਰਾ ਦੌਰਾਨ ਹੋਰ ਵੀ ਸੌਖ ਮਿਲੇ ਇਸੇ ਤਹਿਤ ਬੁਦਵਾਰ ਮੇਂ ਮੁਲਾਕਾਤ ਕੇਂਦਰੀ ਮੰਤਰੀ ਨਾਲ ਕੀਤੀ ਗਈ। ਸ੍ਰੀ ਸਾਨੀ ਨੇ ਸਿੰਧਿਆ ਨੂੰ ਬੇਨਤੀ ਕੀਤੀ ਹੈ ਕਿ ਪੰਜਾਬ ਦੇ ਹਵਾਈ ਅੱਡਿਆਂ ਤੋਂ ਕਾਰਗੋ ਉਡਾਣਾਂ ਨੂੰ ਵੀ ਹੋਰ ਵਧਾਇਆ ਜਾਵੇ ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਉਤਪਾਦਨ ਖਾਸ ਕਰ ਫਲ ਸਬਜ਼ੀਆਂ ਵਗੈਰਾ ਦੇ ਆਯਾਤ ਨਿਰਯਾਤ ਲਈ ਆਸਾਨੀ ਹੋ ਸਕੇ। ਇਸ ਨਾਲ ਪੰਜਾਬ ਅੰਦਰ ਖੇਤੀ ਵਿਭਿੰਨਤਾ ਵੀ ਵਧੇਗੀ ਅਤੇ ਕਣਕ ਝੋਨੇ ਦੇ ਫੈਸਲੀ ਚੱਕਰ 'ਚ ਵੀ ਨਿਰਾਤ ਮਿਲੇਗੀ। ਇਹ ਸੌਖ ਹੋਣ ਨਾਲ ਪੰਜਾਬ ਦੇ ਕਿਸਾਨਾਂ ਦੀ ਆਮਦਨ ਵਧਣ ਲੱਗੇਗੀ। ਇਸ ਤੋਂ ਇਲਾਵਾ ਸ੍ਰੀ ਵਿਕਰਮਜੀਤ ਸਿੰਘ ਸਾਨੀ ਨੇ ਇਹ ਵੀ ਗੱਲ ਕਹੀ ਕਿ ਪੰਜਾਬ ਦੇ ਬਾਕੀ ਹਵਾਈ ਅੱਡਿਆਂ ਜਿਵੇਂ ਵਠਿੰਡਾ, ਹਲਵਾਰਾ, ਲੁਧਿਆਣਾ, ਆਦਮਪੁਰ ਆਦ ਦਾ ਕੰਮ ਵੀ ਜਲਦੀ ਮੁਕੰਮਲ ਕੀਤਾ ਜਾਵੇ ਅਤੇ ਉਨ੍ਹਾਂ ਤੋਂ ਵੀ ਜਲਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕੀਤੀਆਂ ਜਾਣ। ਸਾਨੀ ਨੇ ਹਲਵਾਰਾ ਹਵਾਈ ਅੱਡੇ ਦੇ ਨਿਰਮਾਣ ਦੇ ਕੰਮ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਹੈ ਕਿ ਅੰਤਰਰਾਸ਼ਟਰੀ ਉਡਾਣਾਂ ਨਾਲ ਲਿੰਕ ਕਰਦੀਆਂ ਆਮ ਉਡਾਣਾਂ ਵੀ ਯਾਤਰੀਆਂ ਦੁਆਰਾ ਜਾਏ ਜਾਣ ਵਾਲੇ ਵਜਨ ਦੀ ਹੱਦ ਨੂੰ 20 ਕਿਲੋ ਤੋਂ ਵਧਾ ਕੇ 30 ਕਿਲੋ ਕੀਤਾ ਜਾਵੇ ਤਾਂ ਜੋ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ ਇਹਨਾਂ ਮੰਗਾਂ ਦੇ ਪੂਰਾ ਹੋਣ ਨਾਲ ਪੰਜਾਬੀਆਂ ਦੀ ਭਾਰਤ ਦੇ ਵੱਖ-ਵੱਖ ਸੂਬਿਆਂ ਨਾਲ ਨੇੜਤਾ ਵਧੇਗੀ ਅਤੇ ਕਾਰੋਬਾਰ ਵਧੇਗਾ ਇਸ ਹਨ ਹੁਣ ਤੱਕ ਦੀਆਂ ਖਬਰਾਂ ਮੀਨੂ ਬਰਨ ਕੌਰ ਮਾਨ ਨੂੰ ਦਿਵਾ ਗਿਆ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ ਯੂਐਸਟੀਵੀ ਜ਼ਰੂਰ ਸਬਸਕ੍ਰਾਈਬ ਕਰੋ ਸਾਸ਼ਟ੍ਰੀ ਕਾਲ